बहुत अच्छी मूवी है। जड़ी गल सियासतदार ही समझा पाए वह इन्होंने एक फिल्म राय समझा दी है कि पंजाब ते हरियाणा एक गल बस यही चीज़ लगी है कि सानू समझना चाहिए कि पंजाब ते हरियाणा अगर डिफरेंट डिफरेंट चीज़ है लेकिन अगर तुम उन्होंने ऑब्जर्व करते हो जो उन्होंने कल्चर नहीं देते असं एक गल है सेम है तो चंडीगढ़ पंजाब हरियाणा एक सेम गल है। 5 to 10 stars बहुत वधिया सी फनी सी काफी वधिया सी। खास मैं मेल लगा कि जदों कोई कोई मुसीबत आंदी है ओनु हस मुक करके उन्हें हैंडल कीता है। कितना लगी तो बहुत बढ़िया कैसी लगी हरियाणा की अच्छी दिखाई है। हां जी क्या कहोगे सोनम बाजवा के लिए जिन्होंने हरियाणवी बोली है। बहुत अच्छी बोली है। अच्छा लगा पंजाब हरियाणा का मिक्स आपको अच्छी लगी। हां बहुत अच्छी बहुत बढ़िया मूवी थी जी। बहुत हरियाणा और पंजाब का कल्चर मतलब सेम ही है। अच्छी मूवी बहुत अच्छी लगी मूवी क्योंकि हाँ सबसे बहुत स्पेशल ये है कि हरियाणा पंजाब का प्यार दिखाया गया है। मैं भी हरियाणा से हूँ तो मुझे बहुत अच्छी लगी। बहुत बढ़िया बहुत बढ़िया है बहुत बढ़िया आही रोल एमी का रोल बहुत अच्छा रहा। कॉमेडियन सी बहुत अच्छा। हाँ जी हाँ जी बहुत अच्छी सी। 5 to 5 बहुत बढ़िया बहुत बढ़िया कितने लगे पंजाब हरियाणा। बहुत बहुत बढ़िया 5 to 5 कितने लगे सी। बहुत बढ़िया फिल्म सी शुरू तो लेके एंड तक फिल्म ने बन्नी रखी और बहुत ज्यादा कॉमेडी भी सी ते बढ़िया मैसेज देने च भी कामयाब हुई है ते फुल एंजॉय किया अपन। पंजाब हरियाणा दा मेल की वजह लगे देखो पंजाब हरियाणा तो मैं पहले ही कहना कि पंजाब और हरियाणा दो भरा ने एक बड़ा भरा एक छोटा भरा है ठीक है ना। ਤੇ ਦੂਸਰਾ ਇੱਕ ਮੈਸੇਜ ਬੜਾ ਵਧੀਆ ਦਿੱਤਾ ਦੋਸਤਾਂ ਦੀ ਜਿਹੜੀ ਦੋਸਤੀ ਹੈ ਕਿ ਜੇ ਇੱਕ ਦੋਸਤ ਫਸਦਾ ਹੈ ਤਾਂ ਉਹ ਇਕੱਲਾ ਨਹੀਂ ਫਸਦਾ ਉਹ ਆਪਣੇ ਬਾਕੀਆਂ ਨੂੰ ਵੀ ਫਸਾਉਂਦਾ। ਇਹ ਫਿਲਮ ਦਾ ਸਭ ਤੋਂ ਵਧੀਆ ਮੈਸੇਜ ਕਿ ਇਕੱਲੇ ਨਾ ਫਸੋ ਜਿਹੜੇ ਜਿਗਰੀ ਯਾਰ ਆ ਉਹ ਸਾਰਿਆਂ ਨੂੰ ਫਸਾਓ। ਕਿੰਨੇ ਸਟਾਰ ਦੋਗੇ ਇਹ ਤਾਂ 5 to 5 star ਬਣਦੇ ਨੇ। ਐਮੀ ਸੋਨਮ ਲਈ ਕੁਝ ਕਹੋਗੇ ਸੋਨਮ ਦੀ ਹਰਿਆਣਾ ਦੇਖੋ ਐਮੀ ਵਿਰਕ ਦੀ ਗੱਲ ਕਰੀਏ ਸੋਨਮ ਬਾਜਵਾ ਦੀ ਗੱਲ ਕਰੀਏ ਤਾਂ ਇਹ ਛੋਟੀ ਦੇ ਸਟਾਰਸ ਨੇ ਜਦੋਂ ਅਸੀਂ ਸਟਾਰ ਕਾਸਟ ਦੇਖਦੇ ਆ ਤਾਂ ਸਾਨੂੰ ਉਮੀਦ ਹੋ ਜਾਂਦੀ ਹੈ ਕਿ ਇਹ ਇਹ ਜੇ ਸਟਾਰ ਕਾਸਟ ਹੈ ਤੇ ਫਿਲਮ ਬਹੁਤ ਵਧੀਆ ਹੋਏਗੀ। ਔਰ ਜੇ ਡਾਇਰੈਕਟਰ ਪਿੱਛੋਂ ਗੱਲ ਕਰੀਏ ਤੇ ਆਮ ਸਾਰੇ ਕਲਾਕਾਰਾਂ ਦੀ ਗੱਲ ਕਰੀਏ ਤਾਂ ਸਾਰਿਆਂ ਨੇ ਬਖੂਬੀ ਕੰਮ ਕੀਤਾ। ਸੋ ਜਿਵੇਂ ਕਿ ਤੁਸੀਂ ਦਰਸ਼ਕਾਂ ਦੇ ਰਿਵਿਊਜ਼ ਦੇਖੇ ਉਹਨਾਂ ਨੂੰ ਕਾਫੀ ਜ਼ਿਆਦਾ ਪਸੰਦ ਆ ਰਹੀ ਹੈ ਐਮੀ ਵਿਰਕ ਤੇ ਸੋਨਮ ਬਾਜਵਾ ਸਟਾਰਿੰਗ ਫਿਲਮ ਕੁੜੀ ਹਰਿਆਣੇ ਵਾਲ ਦੀ ਜਿੱਥੇ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਐਕਟਿੰਗ ਦੀ ਤਾਰੀਫ ਹੋਈ ਹੈ ਉਹਦੇ ਹੀ ਸੋਨਮ ਬਾਜਵਾ ਦੀ ਹਰਿਆਣਵੀ ਦੀ ਹਰਿਆਣਵੀ ਲੁੱਕ ਦੀ ਲੈਂਗੁਏਜ ਦੀ ਕਾਫੀ ਜ਼ਿਆਦਾ ਤਾਰੀਫ ਹੋ ਰਹੀ ਹੈ ਤੇ ਇਸ ਨਾਲ ਹੀ ਰਕੇਸ਼ ਧਵਨ ਵੱਲੋਂ ਲਿਖੀ ਗਈ ਜੋ ਕਹਾਣੀ ਉਹ ਦਰਸ਼ਕਾਂ ਨੂੰ ਕਾਫੀ ਇੰਪ੍ਰੈਸ ਕਰ ਰਹੀ ਹੈ ਕਿ ਕਿੰਨੇ ਬਿਊਟੀਫੁਲੀ ਦੋਹਾਂ ਦੇ ਕਲਚਰ ਨੂੰ ਦਰਸਾਇਆ ਗਿਆ ਹੈ ਦੋਹਾਂ ਸਟੇਟਸ ਨੂੰ ਕਿਵੇਂ ਸਿਮਿਲਰ ਜਾਂ ਇੱਕ ਦਿਖਾਇਆ ਗਿਆ ਸੋ ਨਾਲ ਹੀ ਦੋਹਾਂ ਦਾ ਜਿਹੜੀ ਏਕਤਾ ਹੈ ਜੋ ਸਿਮਿਲੈਰਿਟੀਜ਼ ਹੈ ਉਹਨਾਂ ਨੂੰ ਬਹੁਤ ਬਿਊਟੀਫੁਲੀ ਦਰਸਾਇਆ ਗਿਆ ਇਸ ਫਿਲਮ ਦੇ ਵਿੱਚ ਤੇ ਲੋਕਾਂ ਨੂੰ ਕਾਫੀ ਜ਼ਿਆਦਾ ਪਸੰਦ ਆ ਰਹੀ ਹੈ ਸਪੈਸ਼ਲੀ ਫਿਲਮ ਦੇ ਵਿੱਚ ਯੋਗਰਾਜ ਸਿੰਘ ਨੇ ਯਸ਼ਪਾਲ ਸ਼ਰਮਾ ਵਰਗੇ ਲੈਜੈਂਡਰੀ ਆਰਟਿਸਟ ਨੇ ਅਜੇ ਹੁੱਡਾ ਨੇ ਮੈਡਮ ਸੀਮਾ ਕੌਸ਼ਲ ਨੇ ਹਰਦੀਪ ਗਿੱਲ ਨੇ ਮਹਾਂਵੀਰ ਭੁੱਲਰ ਸਰ ਨੇ ਸੋ ਮਨਪ੍ਰੀਤ ਡੋਲੀ ਨੇ ਮਿੰਟੂ ਕਾਪਾ ਹਨੀ ਮੱਟੂ ਸੋ ਅਜਿਹੇ ਜੋ ਬਾਕਮਾਲ ਐਕਟਰਸ ਇੱਕ ਉਹ ਫਰੇਮ ਦੇ ਵਿੱਚ ਆਉਂਦੇ ਨੇ ਸੋ ਓਬਵੀਅਸਲੀ ਦਰਸ਼ਕਾਂ ਦੀ ਤਾਰੀਫ ਕਰਨੀ ਤੇ ਬਣਦੀ ਹੈ ਫਿਲਮ ਦੀ ਕਹਾਣੀ ਸਭ ਦੀ ਐਕਟਿੰਗ ਦਰਸ਼ਕਾਂ ਨੂੰ ਕਾਫੀ ਇੰਪ੍ਰੈਸ ਕਰ ਰਹੀ ਹੈ ਸੋ ਜੇਕਰ ਤੁਹਾਡਾ ਵੀ ਮਨ ਹੈ ਫਿਲਮ ਨੂੰ ਵੇਖਣ ਜਾਣ ਦਾ ਜ਼ਰੂਰ ਵੇਖਿਓ ਤੁਹਾਡੇ ਨੇੜੇ ਦੇ ਸਿਨੇਮਾ ਘਰਾਂ 'ਚ ਪਹੁੰਚ ਚੁੱਕੀ ਹੈ ਫਿਲਮ ਕੁੜੀ ਹਰਿਆਣੇ ਵਾਲ ਦੀ। ਫਿਲਹਾਲ ਦੇ ਲਈ ਮੈਨੂੰ ਯਾਨੀ ਸਿਮਰਨ ਹੰਸ ਨੂੰ ਦਿਓ ਇਜਾਜ਼ਤ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ। ਧੰਨਵਾਦ।